कई जगह जाना की गल भाई मैंने कुट लिया जो बस बहुत बस मैं नहीं गया कई जगह जाना है पहले नहीं जाना किसी ने तेरी बारी का आउंड पे थोड़ी थोड़ा 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 लोग दाने दे हाथ भी बढ़ा दे और बिगड़ी हो किस्मत तेरी आपे बन जाएगी आपे बन जाएगी बिगड़ी हो किस्मत तेरी आपे बन जाएगी आपे बन जाएगी तू ध्यान गुणा दे चरना विच तू ध्यान गुणा
बार लगा के वे अखियां विच सतगुरु प्यारे दी तस्वीर बसा के वे तस्वीर बसा के वे ते पाना है कुछ दुनिया तो ते पाना है कुछ दुनिया तो इस दर ते आके वे अखियां विच सतगुरु सोने दी तस्वीर बसा के वे तस्वीर बसा के वे बिगड़ी होई किस्मत बंदिया एक पल भी नहीं लगदा एक पल भी नहीं लगदा बिगड़ी होई किस्मत बंदिया एक पल भी नहीं लगदा एक पल भी नहीं लगदा तू शीश गुरां दे चरना विच तू शीश गुरां दे चरना विच एक बार बहा के वे एक बार लगा के वे अखियां विच सतगुरु सोने दी तस्वीर बसा के वे तस्वीर बसा के ए दिल सा बड़ा कोमल है ए रहमत खाएगा ए रहमत खाएगा तू प्रेम दे आंसू अखियां विच तू प्रेम दे आंसू अखियां विच एक बार बहा के वे अखियां विच सतगुरु सोने दी तस्वीर बसा के वेख तस्वीर बसा के वेख पाना है कुछ दुनिया तो जे पाना है कुछ दुनिया तो इस दर ते आके वेख अखियां विच सतगुरु सोने दी तस्वीर बसा के वेख तस्वीर बसा के वे मिट्टी विच मिलदे जाने नू जिंदगानी मिल जांदी जिंदगानी मिल जांदी मिट्टी विच मिलदे जाने नू जिंदगानी मिल जांदी जिंदगानी मिल जांदी तू दाने मंगू हस्ती नू तू दाने मंगू हस्ती नू इक बार मिटा के अखियां विच सतगुर सोने दी तस्वीर बसा के वे तस्वीर बसा के वे जे पाना है कुछ दुनिया तो जे पाना है कुछ दुनिया तो इस दर ते आके वे अखियां विच सतगुर सोने दी तस्वीर बसा के वे तस्वीर बसा के वे ਨਿਤਾ ਦਿਨਾਂ ਦੀਆਂ ਸੱਚੀਆਂ ਰੱਬ ਉਹਨਾਂ ਨੂੰ ਮਿਲਦਰ ਦੀਆਂ ਮੱਛੀਆਂ ਰੱਬ ਉਹਨਾਂ ਨੂੰ ਮਿਲਦਾ ਦੀਆਂ ਮੱਛੀਆਂ ਰੱਬ ਉਹਨਾਂ ਨੂੰ ਮਿਲਦਾ ਬਾਬਾ ਜੀ ਤਾਂ ਕਹਿੰਦੇ ਰੱਬ ਦਿਲ ਦੇ ਅੰਦਰ ਬਾਬਾ ਜੀ ਤਾਂ ਕਹਿੰਦੇ ਰੱਬ ਦਿਲ ਦੇ ਅੰਦਰ ਲਾ ਕੇ ਵੇਖੋ ਅੱਖੀਆਂ ਰੱਬ ਉਹਨਾਂ ਨੂੰ ਮਿਲਦਾ ਲਾ ਕੇ ਵੇਖੋ ਅੱਖੀਆਂ ਰੱਬ ਉਹਨਾਂ ਨੂੰ ਮਿਲਦਾ ਨਿਤਾ ਦਿਨਾਂ ਦੀਆਂ ਸੱਚੀਆਂ ਰੋਟੀ ਖਾ ਕੇ ਆਉਣਾ ਫਿਰ ਬਾਹਰ ਪਹਿਲਾਂ ਸਵਾਜ ਦਾ ਹੈ ਇੱਕ ਦੁਕਾਨ ਤੇ ਲਾ ਤੀ ਵੱਡੀ ਫੋਟ ਬਾਬਾ ਜੀ ਤੋਂ ਡੇਢ ਮਹੀਨਾ ਮੰਗ ਨਸ਼ਾ ਵਿਸ਼ਾ ਫਟਾਫਟ ਮੇਰੇ ਨਾਲ ਕਈ ਦਫ਼ਾ ਜੀ ਮੇਰੇ ਨਾਲ ਜ਼ਿਆਦਾ ਦੱਸੇ ਦੇਖੋ ਤੁਸੀਂ ਰਾਤ ਦਾ 2:30 ਵਜੇ ਦਾ ਪੂਰਾ ਹੋਇਆ ਸੀ ਤੇ 11 ਵਜੇ ਉਹਦਾ ਸੰਸਕਾਰ ਕੀਤਾ ਹਜੇ ਉਹਦਾ ਪਿੰਡਾ ਗਰਮ ਪਿਆ ਸੀ ਗਰਮ ਤੇ ਇੰਨਾ ਨਰਮ ਤੇ ਲਾਲ ਚਿਹਰਾ ਜਿਵੇਂ ਬਾਬਾ ਜੀ ਰੋਜ਼ ਦੱਸਦੇ ਸੀ ਨਾ ਇੰਨੀ ਲਾਲੀ ਉਹਦੇ ਬੱਚੇ ਦਿਖਦਾ ਤੈਨੂੰ
बहन वाला काम नहीं है कद रात को डेरे चलो रात उठ चलो करो बेटा Thank you.
मैं तो आया सी कुछ नहीं थी उन्होंने मैं तो लड़े सी मैं उस तो कोई तैयारी नहीं की थी अंदर आ गए जिन्हें चिर चढ़ी नींद समझ नहीं आई राधे श्याम ज्ञान ही काम कर सानू कह देना फिर अभी टाइटन जी नाम कहते तो ना ही आंदे घर वाली कहने कैलाश के घर जाने मैं खा फिर कहते मेरा नाम कैलाश ही है फैसला कर लो आए मेरे पिता जी परसों गई है ना तो मेरा इन जी करे मैं ना मैं भी ला जाती ना फिर बस तुम आप ही आ गए मैं कल असी सबसे जाके आया परमानंद परसों सुबह तीन साढ़े तीन बजे ऐतवार सुबह दिल्ली तो आ रहे थे बहुत
ਕਾਰ ਸੀ ਉਹਨਾਂ ਕੋਲ ਦੋਨੋਂ ਭਰਾ ਪਿੱਛੇ ਬੈਠੇ ਅੱਗੇ ਕੱਲਾ ਟ੍ਰੇਨ ਚਲਾਉਂਦਾ ਕੋਈ ਕਾਰ ਮਿਲ ਗਈ ਉਹਨਾਂ ਨੂੰ ਚਲੋ ਉਹਦੇ ਸਹਾਰੇ ਅਖਬਾਰ ਸਿੱਖਣ ਵਾਲੀ ਸੀ ਉਹਦੇ ਸਹਾਰੇ ਤੁਰੇ ਆਏ ਉਹ ਬੜ ਗਈ ਫਤਿਹਵਾਲ ਕਿਤੇ ਸਿੱਟਣ ਵਾਸਤੇ ਅਖਬਾਰ ਇਹ ਫਿਰ ਕੱਲੇ ਤੁਰੇ ਆਏ ਅੱਗੇ ਫੇਲ ਉਹ ਆ ਗਈ ਇਹਨਾਂ ਨੂੰ ਤੇਜ ਉਹ ਫਿਰ ਅੱਗੇ ਫੇਰ ਆ ਗਈ ਫਿਰ ਉਹਦੇ ਮਗਰ ਲੱਗ ਗਏ ਉੱਠ ਕੇ ਮੁੰਡਾ ਕਹਿਣ ਲੱਗਿਆ ਵੀ ਕਿਤੇ ਸ਼ਰਾਬੀ ਸ਼ਰੂਬੀ ਨਾ ਹੋਵੇ ਪਤਾ ਵੀ ਚਲਾ ਮਤਲਬ ਇੰਨੀ ਗੱਲ ਕਹੀ ਇੰਨੇ ਕਿਤੇ ਅੱਗੇ ਕੋਈ ਟਰਾਲਾ ਖਰਾਬ ਹੋਇਆ ਖੜਾ ਸੀ ਪਹਿਲੇ ਹੀ ਕਾਰ ਉਹਦੇ ਪਿੱਛੇ ਜਾਣੇ ਉਹ ਐਸੀ ਵੱਜੀ ਉਹ ਉੱਛੜ ਗਈ ਮਤਲਬ ਪਿੱਛੇ ਚੁੱਕੇ ਉਹ ਉੱਛੜ ਗਈ ਹੈ ਤੇ ਉਹਦੇ ਚਲੇ ਜਾ ਰਹੇ ਉੱਤੇ ਉਹਦੇ ਵਿੱਚ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਪਰ ਜਿਹੜਾ ਇਹਦੇ ਚ ਘਰਾਂ ਸਹਾਰ ਕਰਦਾ ਹੈ ਕੋਈ ਫੈਲ ਨਹੀਂ ਕਰਦਾ ਖੁਸ਼ੀ ਚ ਖੁਸ਼ ਨਾ ਹੋਵੇ ਗਮੀ ਘਬਰਾ ਹੋਵੇ ਉਹ ਠੀਕ ਹੈ ਥੋੜਾ ਚੰਗਾ ਅਹੁਦਾ ਮਿਲ ਗਿਆ ਖੁਸ਼ ਹੋ ਰਹੇ ਮੁੰਡਾ ਜੰਮ ਪਿਆ ਖੁਸ਼ ਹੋ ਰਹੇ ਕੋਈ ਹੋਰ ਚੀਜ਼ ਹੋ ਗਈ ਨੌਕਰੀ ਮਿਲ ਗਈ ਤਾਂ ਖੁਸ਼ ਹੋ ਰਹੇ ਤੇ ਸੰਸਾਰ ਦੇ ਕਈ ਐਸੇ ਹੁੰਦੇ ਨੇ ਸ਼ਾਦੀ ਹੋ ਗਈ ਖੁਸ਼ੀ ਮਿਲ ਗਈ ਉਹਦੇ ਚ ਖੁਦਾ ਨਹੀਂ ਸਮਾਉਂਦਾ ਫਿਰ ਚਾਰ ਪੈਸੇ ਆ ਗਏ ਜਦੋਂ ਤਾਂ ਨਹੀਂ ਖੁਦਾ ਸਮਾਉਂਦਾ ਕੋਈ ਵਰਗ ਹੋ ਗਈ ਜਾਂ ਫਿਰ ਹੋਰ ਐਸਾ ਚਾਂਸ ਹੋ ਗਿਆ ਉਹਦੇ ਚ ਫਿਰ ਉਹ ਬੈਠ ਜਾਂਦੇ ਇੱਕੋ ਜਿਹਾ ਰਵੇ ਨਾ ਉਹਦੀ ਸਮਾ ਸਿਤਾਰ ਹੈ ਜਾਂ ਢੋਲਕੀ ਹੈ ਉਹਨੂੰ ਆਪਾਂ ਮੌਕੇ ਤੇ ਕਸਾਂਗੇ ਢਿੱਲੀ ਕਰਾਂਗੇ ਜਾਂ ਸਿਤਾਰ ਹੈ ਉਹਦੇ ਤਾਰਾਂ ਨੂੰ ਹੀ ਢਿੱਲੀ ਕਰਕੇ ਰੱਖਣੀਆਂ ਪੈਂਦੀਆਂ ਮੌਕੇ ਤੇ ਤਿਆਰ ਕਰਨਾ ਪੈਂਦਾ ਹੈ ਸਾਰਾ ਹੀ ਸੁਰ ਬਣਾਉਣਾ ਪੈਂਦਾ ਇਹ ਜਿਹੜਾ ਇੱਕ ਰਸ ਹਾਲ ਸੱਜੀ ਜਾਂਦਾ ਇੱਕ ਸੁਰ ਰਹਿੰਦਾ ਹੈ ਹਮੇਸ਼ਾ ਜਦ ਮਰਜ਼ੀ ਖੁੱਲ੍ਹੋ ਉਮਰਾ ਰੱਖੋ ਤਿਆਰ ਹੈ ਇਸੇ ਕਰਕੇ ਇਹਨੂੰ ਹਾਰਮੋਨੀਅਮ ਕਹਿੰਦੇ ਹਾਰਮੋਨ ਹਾਲ ਚ ਰਹਿੰਦਾ ਹਮੇਸ਼ਾ ਇੱਕੋ ਜਿਹਾ ਰਹਿੰਦਾ ਤੇ ਹਾਰਮੋਨ ਹਾਲ ਚ ਹੀ ਬੰਦ ਨਹੀਂ ਰਹਿਣਾ ਚਾਹੀਦਾ ਕੋਈ ਵੀ ਟਾਈਮ ਰਾਜ਼ੀ ਹੈ ਹਮ ਉਸੀ ਮੇਂ ਜਿਸ ਮੇਂ ਤੇਰੀ ਰਜ਼ਾ ਹੈ ਕੀ ਪ੍ਰੋਗਰਾਮ ਕੀ ਬਣਾਇਆ ਤੁਸੀਂ ਅਸੀਂ ਉਹ ਦੱਸਿਆ ਮੇਰੇ ਦਸ ਮਿੰਟ ਆਮ ਹੀ ਵੈਸੇ ਬਸ ਕਰ ਗਿਆ ਕਿੰਨੇ ਵਜੇ ਪਹੁੰਚੇ ਅਸੀਂ ਚਾਰ ਧਿਆਨ ਰੱਖੋ ਘੰਟੇ ਲਾਉਂਦੇ ਸਾਢੇ 11 ਪਹੁੰਚੇ ਸਾਡੇ ਕੋਲ ਇੱਕ ਠੀਕ ਹੈ ਸਾਨੂੰ ਰਾਮ ਅੱਛਾ ਕਿੰਨੇ ਦੇਰ ਆਉਂਦੇ ਹਨ
उधर प्रोग्राम तैयार है करना चाहते बैठे खा के आओ चाहे ना खा के फिर भी नहीं खाते जी साढ़े पता ही शहर ने कहा बड़ी काम चीज है काम करना बड़ी काम की चीज है काम करना कभी भूल के बिना आराम करना काम मेरे बचपन चल ਕਿਸੇ ਟਾਈਮ ਆਪਣਾ ਬੱਚਿਆਂ ਦੀ ਆਦਤ ਹੁੰਦੀ ਹੈ ਕੰਮ ਕਰਦੇ ਕਰਦੇ ਵਿਚਾਰ ਦਾ ਟਾਈਮ ਕੱਢ ਕੇ ਦੁੱਧ ਲੈਣਾ ਖੇਡ ਲੈਣਾ ਸ਼ੁਰੂ ਕਹਿੰਦੇ ਹੁੰਦੇ ਸਾਡੇ ਬਜ਼ੁਰਗ ਕਹਿੰਦੇ ਕੰਮ ਜਿਹੜਾ ਹੈ ਕਰਮ ਹੁੰਦਾ ਹੈ ਕੰਮ ਜਿਹੜਾ ਕਰਮ ਹੈ ਜਿੰਨਾ ਕਰੋਗੇ ਕਰਮ ਬਣਦੇ ਜਾਣਗੇ ਉਸ ਵੇਲੇ ਤਾਂ ਥੋੜ੍ਹਾ ਦਿਨ ਸੀ ਪਤਾ ਨੀ ਕਹਿੰਦੇ ਕਰਮ ਕੀ ਜੀ ਕੀ ਬਲਾ ਹੁੰਦੀ ਖਾਣ ਵਾਲੀ ਹੈ ਕਿੰਨੇ ਛੱਡਣ ਵਾਲੀ ਹੈ ਪਤਾ ਨੀ ਸੀ ਹੁੰਦਾ ਹੁਣ ਪਤਾ ਲੱਗਦਾ ਵੀ ਜਿੰਨਾ ਕੰਮ ਉਹਨਾਂ ਨੇ ਕਰਾਇਆ ਨਾ ਸਾਡੇ ਤਕਰੀਬਨ ਘਰ ਕੇ ਸੱਤ ਅੱਠ ਸਾਲ ਦੇ ਸਾਲ ਛੇ ਛੇ ਸੱਤ ਸੱਤ ਸਾਲ ਦੀ ਸੀ ਮੈਂ ਤੇ ਮੇਰਾ ਵੱਡਾ ਭਰਾ ਛੋਟੇ ਹੁੰਦੇ ਸੀ ਪਰ ਘਰ ਦਾ ਸਾਰਾ ਕੰਮ ਸਾਡੇ ਛੇਤੀ ਹੁੰਦਾ ਬੜਾ ਕੰਮ ਰਿਹਾ ਪਹਿਲਾਂ ਕਾਫੀ ਕਰਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਮਸ਼ੀਨੀ ਯੁੱਗ ਹਰ ਚੀਜ਼ ਨਾਲ ਛੇ ਕਿਲੋਮੀਟਰ ਪੈ ਜਾਵੇ ਸਫ਼ਰ ਕੀ ਹੈ ਸਕੂਲ ਜਾਣਾ ਛੇ ਵਾਪਸ ਆਉਣਾ ਬਾਰਾਂ ਦਾ ਦੂਰ ਕਰ ਫਿਰ ਖੇਤ ਕਰ ਡੇਢ ਕਿਲੋਮੀਟਰ ਉਸ ਪੱਠੇ ਲਿਆਉਣੇ ਫਿਰ ਸਕੂਲ ਕਰਨੇ ਫਿਰ ਪੰਦਰਾਂ ਕਿਲੋਮੀਟਰ ਦਾ ਸਾਡਾ ਰੋਜ਼ ਦਾ ਸਫ਼ਰ ਨਹੀਂ ਪਹਿਲਾਂ ਤਾਂ ਹੀ ਕਰਦੇ ਹੁੰਦੇ ਟੋਕੇ ਨਾਲ ਪਹਿਲਾਂ ਹੀ ਕਰਦੇ ਹੁੰਦੇ ਮਸ਼ੀਨਾਂ ਤਾਂ ਬਾਅਦ ਚ ਲੱਗੀਆਂ ਸੀ ਫਿਰ ਫਿਰ ਸੁੱਖ ਹੋ ਗਿਆ ਤੁਹਾਡੇ ਵੀ ਆਹ ਕਿੰਨੀ ਚੀਜ਼ ਹੈ ਮੈਂ ਕਰਕੇ ਫਟਾਫਟ ਕਰ ਦਿੰਦੀ ਮਸ਼ੀਨਾਂ ਮੋਟਰਾਂ ਲੱਗੀਆਂ ਹੀ ਕਰੋ ਤੁਸੀਂ ਕੰਮ ਕਰਾਉਂਦੇ ਐਤਵਾਰ ਦਾ ਦਿਨ ਹੁੰਦਾ ਵੀ ਚਲੋ ਥੋੜਾ ਅਜੇ ਛੁੱਟੀ ਹੈ ਮਨਾਵਾਂਗੇ ਉਸ ਦਿਨ ਕਹਿੰਦੇ ਵੀ ਹਫ਼ਤੇ ਦੇ ਪੱਠੇ ਕੋਲ ਚਲੋ ਸੁੱਕਾ ਕੜਕ ਕਰਦੇ ਵਾਕਿਆ ਠੀਕ ਹੈ ਜਦੋਂ ਸੱਚੇ ਸਬਦੇ ਗਏ ਕਿਸਾਨੀ ਜੀ ਕੋਲ ਉੱਥੇ ਕੰਮ ਤਾਂ ਫਿਰ ਕੀ ਕਹਿਣਾ ਰਾਤ ਔਰ ਦਿਨ ਵੀ ਚੱਕਰ ਪਿਛਲਾ ਕਰਿਆ ਸਾਡੇ ਕੰਮ ਵਾਲੇ ਕਦੇ ਘਬਰਾਏ ਕਿੰਨਾ ਹੀ ਹੁੰਦਾ ਹਾਲਾਂਕਿ ਜਿਤਨੀ ਸੀ ਮੇਰੀ ਆਪਣੀ 35-40 ਕਿਲੋ ਮਸੀ ਵਜਨ ਹੁੰਦਾ ਸੀ ਉਹਨਾਂ ਦਿਨਾਂ ਸਵਾ ਸਵਾ ਮਨ ਦੇ ਟੁਕੜੇ ਪਤਾ ਮਤਲਬ ਕਈ ਨੂੰ ਲਾ ਦੇ ਕਿੱਲਾ ਕਿੱਲਾ ਗੋਡੀ ਕਈ ਨਾਲ ਕਰੀ ਅੱਜ ਕੱਲ੍ਹ ਕਿੱਲਾ ਵਾਹ ਕੇ ਨਹੀਂ ਆ ਸਕਦਾ ਹਰ ਨਾਲ ਨਹੀਂ ਵਾਹ ਕੇ ਆ ਕਿੱਲਾ ਕਿੱਲਾ ਗੋਡੀ ਅਸੀਂ ਕਈਆਂ ਨਾਲ ਕਰੀ ਤਾਂ ਉਹ ਕੰਮ ਬਣ ਗਿਆ ਕਰਦੇ ਕਰਦੇ ਕਹਿੰਦੇ ਹੁੰਦੇ ਸੀ ਕੰਮ ਜਿਹੜਾ ਕਰਮ ਹੈ ਕਿਵੇਂ ਕਿਹਾ ਸੀ ਕਰਮ ਕੰਮ ਬੜੇ ਕੰਮ ਕੀ ਚੀਜ਼ ਹੈ ਕੰਮ ਕਰਨਾ ਕੰਮ ਕਰਨਾ ਕਦੀ ਭੁੱਲ ਕੇ ਵੀ ਨਾ ਆਰਾਮ ਕਰਨਾ ਆਰਾਮ ਕਰਨਾ ਠੀਕ ਹੈ ਬੜੇ ਕੰਮ ਕੀ ਚੀਜ਼ ਹੈ ਕੰਮ ਕਰਨਾ ਬੇਦਾ ਤਾਂ ਬੈਠੇ ਹੀ ਨਾ ਬੇਦਾ ਦਿਮਾਗ ਸ਼ੈਤਾਨ ਦਾ ਕਰ ਬੇਲਾ ਦਿਮਾਗ ਹੈ ਸ਼ੈਤਾਨ ਦਾ ਘਰ ਹੈ ਸੋਚ ਕਰਨੀ ਕਦੇ ਕਿਸੇ ਦੇ ਬਾਰੇ ਸੋਚ ਰਿਹਾ ਕਦੇ ਆਪਣੇ ਬਾਰੇ ਸੋਚ ਰਿਹਾ ਕਦੇ ਬਿਮਾਰੀ ਦੇ ਬਾਰੇ ਸੋਚੀ ਰਿਹਾ ਲੱਗੇ ਰਹੋ ਨਾ ਕੋਈ ਬਿਮਾਰੀ ਨਾ ਮੈਂ ਤਾਂ ਕਈ ਵਾਰੀ ਕਿਤਾਬ ਪੜ੍ਹ ਕੇ ਸੁਣਾ ਕਰ ਦਿੱਤੀ ਮਹਾਰਾਜ ਬਾਬਾ ਸੰਤ ਸਿੰਘ ਦੇ ਵਚਨ ਉਹ ਚੇਲੇ ਉਹ ਕਹਿੰਦੇ ਸੀ ਵੀ ਇਸ ਮਨ ਨੂੰ ਕਦੇ ਵਿਹਲਾ ਨਾ ਛੱਡੋ ਜਾਂ ਪੋਥੀ ਪੜ੍ਹੋ ਜਾਂ ਕੋਈ ਸਿਮਰਨ ਕਰੋ ਜਾਂ ਸਤਿਗੁਰੂ ਦੇ ਘਰ ਦੀ ਕੋਈ ਗੱਲ ਕਰੋ ਨਹੀਂ ਤਾਂ ਕੰਮ ਕਰੋ ਜਾ ਕੇ ਇਹਨੂੰ ਵਿਹਲਾ ਨਾ ਛੱਡੋ ਸਭ ਨੂੰ ਵਾਸਤੇ ਕਹਿੰਦੇ ਵਿਹਲਾ ਛੱਡੋਗੇ ਤਾਂ ਤੁਹਾਡੀ ਗਰਦਨ ਤੋੜੇ ਤੁਹਾਡੇ ਉੱਤੇ ਚੜੂਗਾ ਭੂਤ ਹੈ
ਇਹ ਮਨ ਭੂਖ ਸਮਾਨ ਹੈ ਦੌੜੇ ਦੰਦ ਪਸਾਰ ਬਾਂਸ ਚਾੜ ਬਾਂਸ ਗਾੜ ਉਤਰੇ ਚੜੇ ਸਫਲ ਜਾਵੇ। ਤੇ ਇੱਕ ਭੂਤ ਕਿਸੇ ਨੇ ਬੱਸ ਚ ਕਰ ਲਿਆ ਤੇ ਉਹ ਕਹਿਣ ਲੱਗਿਆ ਵੀ ਜੇ ਤੂੰ ਕੰਮ ਕਹੇਗਾ ਮੈਂ ਉਹੀ ਕਰ ਗਿਆ। ਬਸ ਜੇ ਹੋ ਗਿਆ ਕਿ ਜੇ ਕੰਮ ਨਹੀਂ ਹੋਊਗਾ ਤਾਂ ਮੈਂ ਤੈਨੂੰ ਕਹੂੰਗਾ, ਜੇ ਕੰਮ ਨਾ ਹੋਏਗਾ ਮੈਂ ਤੈਨੂੰ ਕਹਾਂਗਾ। ਉਹਨੇ ਕਿਹਾ ਠੀਕ ਹੈ। ਹੁਣ ਉਹ ਦੂਰ ਦਾ ਕੰਮ ਭੂਤ ਨੂੰ ਦੂਰ ਨੇੜੇ ਲੱਗੀ ਵੀ ਉਹ ਤਾਂ ਜਾ ਕੇ ਆ ਜਾਇਆ ਕਰੇ, ਪੁਰਾਣਾ ਕੰਮ ਕਰਿਆ ਕਰਕੇ ਆ ਜਾਇਆ ਕਰੇ। ਹੁਣ ਕੰਮ ਕੀ ਉੱਥੇ ਸਾਰੇ ਖਤਮ ਹੋ ਗਏ, ਬੜਾ ਪੈਸਾ ਵੀ ਮੈਨੂੰ ਖਾਊਗਾ। ਕਿਸੇ ਸਿਆਣੇ ਕੋਲ ਗਿਆ ਵੀ ਮੈਂ ਕੀ ਕਰਾਂ, ਉਹ ਕਹਿੰਦਾ ਕਰਨਾ ਕੀ ਹੈ, ਪਾਸ ਕੱਢ ਦੇ। ਉਹਨੂੰ ਕਹਿੰਦੇ ਜਦੋਂ ਜਦੋਂ ਕੰਮ ਹੋਵੇ ਤਾਂ ਕੰਮ ਕਰਿਆ ਕਰ, ਨਹੀਂ ਤਾਂ ਚੜ੍ਹ ਜਾ ਦੇ ਉੱਤਰ ਜੇ ਪੜ੍ਹ ਜਾ ਉੱਤਰ ਜਾ ਲੱਗੇ ਰਿਹਾ ਕਰੋ ਕੀ ਮੁੱਕਦਾ ਪੂਤ ਗੇੜੇ ਗੱਡੀ ਕੇ ਥੱਕ ਗਿਆ ਅਗਰ ਹੱਥੇ ਹੋ ਕੇ ਖੜਾ ਹੋ ਗਿਆ। ਕਹਿੰਦਾ ਮੈਨੂੰ ਤੇ ਛੁੱਟੀ, ਜਦੋਂ ਤੈਨੂੰ ਕੰਮ ਦੀ ਲੋੜ ਬੁਲਾ ਦਾ ਕਰਾ ਦੇ ਇਸ ਤਰ੍ਹਾਂ ਇਸ ਮਨ ਨਾਲ ਤਾਂ ਕਰੇ ਬਸ ਇਹਦੇ ਹੱਥ ਲਾ ਦੇ ਫਿਰ ਠੀਕ। ਨਹੀਂ ਤਾਂ ਇਹ ਮਨ ਭੁੱਖ ਸਮਾਨ ਹੈ ਦੌੜੇ ਦਾ ਦੌੜ ਖਾਣ ਨੂੰ ਉਹ ਨਹੀਂ ਪਏ। ਹਲਵਾ ਤਿਆਰ ਹੋ ਰਿਹਾ, ਹਲਵਾ ਤਿਆਰ ਹੋ ਰਿਹਾ। ਪ੍ਰੋਗਰਾਮ ਲੱਗ ਗਿਆ ਤਿੰਨ ਕਿਉਂ ਮਾਈਕ ਥੱਲੇ ਚੀਜ਼ ਹੈ ਕੰਮ ਕਰਨਾ, ਭੁੱਲ ਕਰ ਵੀ ਕਦੇ ਆਰਾਮ ਨਾ ਕਰਨਾ। ਹੁਣ ਦੇਖੀਏ ਇਸ ਤੇ ਅਮਲ ਕੌਣ ਕਰ ਰਿਹਾ। ਹੁਣ ਤਾਂ ਸੀ ਪਰ ਸ਼ੇਰ ਦੇ ਹਿਸਾਬ ਨਾਲ ਨਹੀਂ ਕਦੇ ਸੁਣਿਆ, ਉਹ ਅੱਜ ਸੁਣਿਆ। ਹੁਣ ਤਾਂ ਪਤਾ ਸੀ ਵੀ ਆਰਾਮ ਹਰਾਮ ਹੁੰਦਾ, ਨਾ ਸਾਨੂੰ ਕਰਦੇ ਸੀ ਨਾ ਕਰਨੀ ਹੁੰਦੀ ਸੀ, ਨਾ ਮੇਰੇ ਸਾਹਿਬ ਕਰਦੇ ਨਾ ਕਰਨੀ ਹੁੰਦੇ। ਸਾਡੇ ਕੋਲ ਵੀ
Thank you.
कुछ कर दिया दुनिया
Thank you.
अपना टाइम करता रहे, सत्संग
सुनता रहे, जिन्ना भी टाइम मिले सत्संग की सेवा करे, सत्संग च बैठे उठे, जिन्ना टाइम सत्संग दे विच लगेगा वही अपने लेखे च है। जिन्ना असं दुनियादारी के घर के काम करते हैं वो साडे लेखे च नहीं होंगे। कभी जरूर जाते हैं, सानू उहदे च स्वाद आता है, रस आता है, वो बिना साडा गुजारा भी नहीं है। रस भी ऐसा मिलता है कि हाँ बस यही सब कुछ है साडा, पर हथ पड़े मिट्टी नाम लगी रह गया। कल देख के आया लड़का ठंड पड़ता है, कोई टीवी पड़ती है, पहले किसी चीज से आ जा रहा बस रे फिर करी तो गप करी जिन्ना चेर सी उन्हें जरा टुट टुट के भजदा सी, ये काम करना ये करना वो करना। हालांकि वो प्रेम भी बहुत सी, बहुत प्रेम करता सात समय जी भी और सारे जीवन वाला, शहर जितने भी जाता सब मेरे प्यार नहीं करने का प्यार। जितने दो मिनट का काम है उसे दस मिनट लाने, अद्धा घंटा ला देना, जिन्हें दिन अच्छी कर सारे यही कहते हैं भी बड़ा अच्छा भलावान से, बहुत अच्छा आदमी सी, सिर्फ वो अच्छाई तो रहेगी है पर जो काम ने वो अच्छे रहे, सिर्फ प्यार जो गया याद भजन सिमरन कर नाम रस्ता लिया जिन्ना बैठ गया सी वो गया, बाकी सब अच्छी रहे। जिन्ना कोई साथ संगत बैठ के भजन सिमरन कर लेगा, सतगुरु की चर्चा कर लेगा, सुन लेगा, वो ही अपना बाकी कुछ भी नहीं होगा। मेन चीज है सत्संग के दर्शन, बाणी भी फैसला की है, गुरु का निरख आंख और माथा सत का नूर रहे। गुरु ग्रंथ साहब के बाणी च आया गुरु का निरख आंख और माथा सत का नूर रहे जे सत्ता, कि दुनिया के धंधे सारे छड़ के एक अपने सतगुरु में जाके सूरत देख, उसके दर्शन कर, सेवा कर, सिमरन कर, और दर्शन है जो आंख और माथा दो चीजा देख, बाकी शरीर का अभी चीज है इन्हना चो का नूर बसना ये राही ही निकलेगा। तुम किसी गल करो अखा च अखा पानी करा दें जैसा अंदर ख्याल होंगे साढ़े अंदर आ जाए, किसी बीबी पास देखो तो काम दिन रहना उठनिया क्यों अखा न अखा मिली तो उदर पड़ी संत तफकीर अंदर नूर होंगे वह चेहरा जब अं दर्शन कर लिया उन्होंने राही सू शांति प्राप्त होगी। कहते अगर कुछ खटना है तो संतान दर्शन करो, कुछ ना कुछ लाभ मिलेगा, जो कुछ उन्होंने अंदर है वो रौ जहर जोड़े से जरूर असर करनी है। गंदगी की जगह से चले जाओ तो गंदगी दहर उठती हैं, वो साढ़े से गंदगी का असर करती है, आपको कहना मुश्किल आता है। बाग चले जाओ बाग दहर खुशबू होती है, फुलों की हर किस्म के फुल बूटे होंगे ने, पार्क होंगे थे घर लगे आंदा सोहना लगता है, उतों खुशबू दहर उठदी हैं। इसे तरह ही संत फकीर को जाना रूहानिया दहर वो सतगुर के घर दिया लहर वे अंदर होंगे वो साढ़े से असर करती है, साडा भी दिल शांत हो जाता है और फिर हौसला आता है सानू, असं भी ये वर्गे बन के देखिए, ये वर्गे बनीए, इन्हें किस तरह ये सतगुर सारे का प्यार करते हैं, जीवन एक समझते हैं, असं भी कोशिश करिए अपने बच्चे हर कोई प्यार करता है दूसरे कोई करे। सतगुर के सब असं बच्चे हैं, उस बेपरवाह के सब असं अंस हैं, कहो कबीर ए राम की अंस इन्ना ज्यादा न कर गई, कहो कबीर ए राम की अंस, जिन्हें जीव ने सब उस परमात्मा की अंश ने। तो जब तक वो फकीर रूप धार के आता है सतगुर मालक जड़ा है, जब वो किसी संतान का रूप धार के आता है फिर वो सब जीवन अपना, चाहे वह हिंदू है, चाहे मुसलमान है, चाहे सिख है, चाहे ईसाई है, किसी भी कौम का है, किसी भी मजहब का है, सबनों एक अपने अपना समझ मेरे बच्चे ने, कौम कोई हम बच्चे एक मेरे ने, फिर वो सबनों एक शिक्षा देता है, एक पढ़ाई करवा, एको वर्तावा, एको सामना प्यार करता है, जे तेन कोई जीव दी तो मैंने कोई जीव दी, सबू अपना समझ के करता है, तो असं हम अपना अच तक बैठ के बोलने कि हाँ साडा अपना नहीं, गल कर दो बच्चे अपने प्यो नु अपना नहीं कहते, क्यों इन्हें साझा की किया, अपने प्यो नु भी अपना नहीं कहते बच्चे, वो पिछे दुनिया हम अब तुम सारे कोई कोई काम कर रहा है, कोई किसे काम है, कोई किसे मदद है, क्यों कट्ठे हुए अपने सतगुरु की चर्चा सुनने वास्ते, क्यों वो प्यार पाया हुआ सी, उन्हें प्यार दिता हुआ सी, उन्हें दिता सी तो साडा पै गया, उन्हें आप खिच की थी सानू, सानू ने कट्ठे किया सब, एक लड़ी च परोया जब वो चर्चा का सवाल उठता भी हाँ फलानी जगह है तो सारे कट्ठे भज के आ जाते, चर्चा तो अपने सतगुरु की है,
ਕਿਸੇ ਦੀ ਕਹਿੰਦੀ ਹੈ। ਇੰਨਾ ਜਦੋਂ ਦੀਪ ਸਮਝਦਾ ਹੈ ਤਾਂ ਸਰਗੋਜ ਫਿਰ ਪ੍ਰਤੀਕ ਨਜ਼ਦੀਕੀ ਪ੍ਰਤੀਕ ਹੁੰਦੀ ਹੈ ਉਹਨਾਂ ਚਿਰ ਦੀ, ਨਹੀਂ ਤਾਂ ਮੈਂ ਰਹਿੰਦੀ ਇਹਦੇ ਅੰਦਰ। ਤੇ ਉਹ ਆਉਂਦਾ ਸਾਨੂੰ ਸਮਝਾਉਣ ਵਾਸਤੇ ਕਿ ਤੁਸੀਂ ਵੀ ਮੇਰੇ ਵੱਲ ਮਰਨ ਦੀ ਕੋਸ਼ਿਸ਼ ਕਰੋ ਜਿਵੇਂ ਮੈਂ। ਉਹਦਾ ਕਹਿਣ ਦਾ ਮਕਸਦ ਇਹੀ ਹੁੰਦਾ, ਮੇਰੇ ਵਰਗੇ ਬਣੋਗੇ ਜਲਦੀ ਆਪਣੇ ਘਰ ਪਹੁੰਚ ਜਾਓਗੇ, ਤੇ ਦੂਰੀ ਚਲਾਓਗੇ ਤਾਂ ਅਗਰ ਤੁਸੀਂ ਬੈਠੇ ਦੂਰੀ ਵਾਸਤੇ ਸਾਰਾ ਸੰਸਾਰ ਰੱਖਿਆ ਹੋਇਆ, ਸਾਰੇ ਸੰਸਾਰ ਚ ਦੂਰੀ ਹੈ, ਤੇਲ ਮੇਲ ਹੈ। ਜਦੋਂ ਦੂਰੀ ਦੂਰ ਕਰੋ ਕੋਈ ਹੋਰ ਨਹੀਂ, ਸਭ ਸਾਧ ਰਹੋ ਕੋਈ ਚੋਰ ਨਹੀਂ। ਜਦੋਂ ਇਹ ਖਿਆਲ ਬਣ ਗਿਆ ਤਾਂ ਸਮਝੇ ਮਾਲ ਕੀ ਮਾਲ, ਕੌਣ ਆਪਣਾ ਕੌਣ ਪਰਾਇਆ, ਕੌਣ ਚੰਗਾ ਤੇ ਕੌਣ ਮਾੜਾ, ਸਭ ਆਪਣੇ ਇੱਕੋ ਜਿਹੇ। ਮਾੜਾ ਕੋਈ ਵੀ ਨਹੀਂ ਹੈ ਇਨਸਾਨ, ਆਪਾਂ ਕਹਿੰਦੇ ਨਾ ਫਲਾਣਾ ਮਾੜਾ, ਫਲਾਣੇ ਜੇ ਕਰ ਕੇ ਕੰਮ ਕੀਤਾ ਫਲਾਣੇ, ਮਾੜਾ ਕੋਈ ਵੀ ਨਹੀਂ ਹੈ, ਇਨਸਾਨ ਮਾੜਾ ਨਹੀਂ ਹੈ, ਉਹਦੇ ਕਰਮ ਮਾੜੇ ਹੁੰਦੇ। ਜੈਸੇ ਜੈਸੇ ਕੋਈ ਕਰਮ ਕਰਦਾ ਹੈ ਉਸੇ ਉਸ ਆਪਾਂ ਉਹਨਾਂ ਨੂੰ ਗਿਣਨ ਲੱਗ ਜਾਂਦੇ, ਇਨਸਾਨ ਮਾੜਾ ਨਹੀਂ ਹੈ, ਆਤਮਾ ਉਹੀ ਹੈ ਕਰਮ ਦੇ ਅੰਦਰ। ਇੱਕੋ ਆਤਮਾ ਦੇ ਰੰਗ ਨਾਲ ਇੱਕੋ ਚੀਜ਼ ਨਾਲ ਦੇਖੋ ਦੋ ਰੰਗ ਬਣੇ ਨੇ, ਇਹਨੂੰ ਪੀਲਾ ਰੰਗ ਦੇ ਤਾ ਇਹਨੂੰ ਲਾਲ ਰੰਗ ਦੇ। ਪਾਣੀ ਵੀ ਉਹੀ ਹੈ, ਗੋਡੀ ਵੀ ਉਹੀ ਹੈ, ਖਾਦ ਵੀ ਉਹੀ ਹੈ, ਇਹ ਤੁਹਾਡੇ ਰੰਗ ਹੁੰਦੇ ਤੇ ਇਹ ਸਾਡੇ ਕੰਮ ਸਭ ਇੱਕੋ ਹੀ ਨੇ। ਪਰ ਆਤਮਾ ਇਹਨਾਂ ਚ ਇੱਕ ਹੈ, ਰੰਗ ਅੱਡਰ ਨੇ, ਆਤਮਾ ਸਭ ਇੱਕੋ ਹੈ, ਕਰਮ ਅੱਡਰ, ਕਰਮ ਸਭ ਦੇ ਅੱਡਰ ਨੇ, ਆਤਮਾ ਸਭ ਇੱਕੋ ਹੀ ਹੈ। ਜੇ ਕੋਈ ਕੰਮ ਕਰਨਾ ਉਹ ਸਭ ਅਲੱਗ ਹੋ ਜਾਵੇ। ਇਸੇ ਕਰਕੇ ਫਕੀਰ ਕਹਿੰਦੇ ਨੇ ਵੀ ਆਪਣਾ ਭਜਨ ਸਿਮਰਨ ਕਰੋ, ਜਿੰਨਾ ਹੈ ਇਸ ਜ਼ਿੰਦਗੀ ਦਾ ਰਾਹ ਲਓ, ਇਸ ਜ਼ਿੰਦਗੀ ਦਾ ਰਾਹ ਲਓ, ਤੇ ਜ਼ਿੰਦਗੀ ਕਦੇ ਨਹੀਂ ਕਿਸੇ ਕੀਮਤ ਦੇ ਨਹੀਂ ਮਿਲਣੀ। ਹੁਣ ਸਾਡਾ ਟਾਈਮ ਖਰਾਬ ਹੋ ਜਾਂਦਾ ਹੈ, ਹੱਸ ਕੇ ਖੇਡ ਕੇ ਬਾਹਰ ਬੱਚਿਆਂ ਚ, ਫਿਰ ਉੱਧਰ ਠੱਗੀ ਚ, ਚੋਰੀ ਚ, ਜੇ ਚ, ਯਾਰੀ ਚ, ਚੰਗੇ ਕੰਮ ਕਰਦੇ ਮਾੜੇ ਕੰਮ ਕਰਦੇ ਸਾਡਾ ਟਾਈਮ ਖਰਾਬ ਹੋ ਜਾਂਦਾ। ਚੰਗੇ ਕਰਮ ਵੀ ਮਾੜੇ ਨੇ, ਮਾੜੇ ਕੰਮ ਤਾਂ ਨਹੀਂ ਮਾੜੇ, ਸਾਰੇ ਮਾੜੇ ਮਾੜੇ ਨੇ। ਨੇ ਕਰਮ ਹੋਣਗੇ ਕਰਮ ਕਰੋ, ਕਰਮ ਕਰਦੇ ਜਾਓ ਸਤਿਗੁਰ ਤੇ ਸਿੱਟਦੇ ਜਾਓ, ਨੇ ਕਰਮ ਹੋ ਜਾਓ ਫਿਰ ਛੁਟਕਾਰਾ। ਅਗਰ ਕਰਮ ਕਰਾਂਗੇ, ਕਰਮ ਕਰਕੇ ਉਹਦਾ ਫਲ ਮੰਗਾਂਗੇ ਤਾਂ ਸਮਝੋ ਸਾਡੇ ਅਸਰੀਆਂ ਲੱਗੀਆਂ। ਬੰਧਨ ਦੇ ਬੰਧਨ ਹੀ ਰਹਿ ਗਏ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਖ ਕਨਿਆ ਨਾਸ਼ ਬੰਧਨ ਕਰਮ ਧਰਮ ਹੋ ਕੀ ਆ। ਮਾਣੀ ਚ ਕਿਹਾ ਹੈ ਬੰਧਨ ਕਰਮ ਧਰਮ ਹੋ ਕੀ ਆ, ਵੀ ਜਿਹੜੇ ਅਸੀਂ ਕਰਮ ਧਰਮ ਕਹਿੰਦੇ ਇਹ ਵੀ ਬੰਧਨ ਨੇ। ਬੰਧਨ ਪੁੱਤਰ ਕਿਹੜੇ ਤਿਰ ਬਣ ਗਈ ਆ, ਜੋ ਕੁਛ ਵੀ ਅਸੀਂ ਕਰਾਂਗੇ ਸਭ ਬੰਧਨ ਹੀ ਬੰਧਨ ਹੈ, ਬੰਧਨ ਹੀ ਬੰਧਨ ਹੈ, ਦੂਜਾ ਹੀ ਬੰਧਨ ਹੈ ਕਿ ਇਸ ਤੋਂ ਆਜ਼ਾਦ ਹੋ ਜਾ। ਆਜ਼ਾਦ ਹੋ ਜਾ ਸਭ ਗੱਲਾਂ ਤੋਂ, ਤਾਂ ਫਿਰ ਉਹਦਾ ਦਰਸ਼ਨ ਕਰ, ਫਿਰ ਉਹਦਾ ਦਰਸ਼ਨ ਹੋਵੇਗਾ। ਅੱਜ ਹੈ ਫਿਰ ਅਸੁਰ ਦਾ, ਅਸੁਰ ਕਹਿੰਦੇ ਨੇ ਇੱਕੋ ਨੂੰ, ਫਿਰ ਉਸ ਇੱਕ ਦੇ ਦਰਸ਼ਨ ਹੋਣਗੇ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ, ਏਕ ਹੀ ਸਰੂਪ ਸਭ ਏਕ ਹੀ ਉੱਚਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਇੱਕੇ ਦੀ ਸੇਵਾ ਕਰ, ਇੱਕੇ ਨੂੰ ਜਪ, ਇੱਕੇ ਇੱਕੇ ਕੌਣ, ਅਸੀਂ ਸਾਰੇ ਕਹਿੰਦੇ ਨੇ ਅਸੀਂ ਇੱਕੋ ਨੂੰ ਜਪਦੇ ਹਾਂ, ਉਹ ਕਹਿੰਦੇ ਮੈਂ ਤਾਂ ਫਲਾਣੇ ਨੂੰ ਜਪਦਾ, ਮੇਰੇ ਤਾਂ ਇੱਕੋ ਹੀ ਗੁਰੂ ਹੈ। ਨਹੀਂ, ਉਹ ਗੁਰੂ ਤਾਂ ਆਪਣੇ ਅੰਦਰ ਹੈ, ਉਹ ਇੱਕ ਹੈ। ਉਹ ਸਾਡੇ ਅੰਦਰ ਹੈ ਜਿਹੜਾ, ਤੇ ਤੇਰੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ, ਉਸ ਗੁਰੂ ਨੂੰ ਜਪ, ਇੱਕ ਨੂੰ ਜਪ। ਜਗ੍ਹਾ ਜਗ੍ਹਾ ਬਾਹਰ ਧੱਕੇ ਨਾ ਖਾ, ਬਾਹਰ ਜਿੰਨਾ ਵੀ ਹੈ ਉਹ ਸਭ ਸਾਨੂੰ ਮੁਕਤੀ ਵਾਲੇ ਨਹੀਂ ਹੈ, ਉਹ ਮੁਕਤੀ ਨਹੀਂ ਕਰਾ ਸਕਣਗੇ, ਪਸਾਰਾ ਜ਼ਰੂਰ ਦੇਣਗੇ ਕਿਤੇ ਨਾ ਕਿਤੇ। ਕਿਤੇ ਅੰਦਰ ਵਾਲੇ ਨੂੰ ਜਪ, ਜੇ ਛੁਟਕਾਰਾ ਕਰਨਾ ਹੈ ਜ਼ਿੰਦਗੀ ਦਾ ਰਾਹ ਰਹਿਣਾ ਤਾਂ ਆਪਣੇ ਅੰਦਰ ਵਾਲੇ ਨੂੰ ਜਪ, ਜਿੰਦਾ ਰਾਮ ਹਾਲੇ ਬੈਠਾ ਹੈ, ਜੇ ਤਾਂ ਹੁਣ ਬੋਲਦੇ ਹਾਂ ਆਪਾਂ ਜਿੰਦਾ ਹੈ ਉਹ, ਜਦੋਂ ਨਿਕਲ ਗਿਆ ਤਾਂ ਮੁੜ ਖਤਮ। ਜਿਹੜਾ ਬੋਲਦਾ ਨਹੀਂ ਉਹਨੂੰ ਅਸੀਂ ਕਿਵੇਂ ਸਾਨੂੰ ਰਾਹ ਦਿਖਾਉਂਦਾ। ਕੋਈ ਚੀਜ਼ ਹੈ ਅਸੀਂ ਉਹਨੂੰ ਜਾ ਕੇ ਮੱਥਾ ਟੇਕਦੇ ਹਾਂ, ਅੱਛਾ ਬੋਲ ਕੇ ਸਾਨੂੰ ਕੁਛ ਦੱਸਦਾ ਨਹੀਂ, ਤਾਂ ਉਹ ਸਾਡਾ ਕਿਵੇਂ ਰਾਹ ਦੱਸੇਗਾ ਵੀ ਤੁਸੀਂ ਇਸ ਰਾਹ ਤੇ ਚੱਲੋ। ਕਹਿੰਦੇ ਉਹ ਤੇਰੇ ਅੰਦਰ ਹੈ ਜਿੰਦਾ ਤਾਕਤ, ਤੇਰੇ ਨਾਲ ਹਮੇਸ਼ਾ ਕਿਤੇ ਚਲੇ ਜਾ ਤੇਰੇ ਨਾਲ, ਦੁੱਖ ਚ ਵੀ ਹੈ, ਸੁੱਖ ਚ ਵੀ ਹੈ, ਚੰਗੇ ਚ ਵੀ ਹੈ, ਮਾੜੇ ਚ ਵੀ ਹੈ, ਜੰਗਲ ਚ ਵੀ ਹੈ, ਬੀਵਾਨ ਚ ਵੀ ਹੈ, ਪਹਾੜਾਂ ਚ ਵੀ ਹੈ, ਉਜਾੜਾਂ ਚ ਵੀ ਹੈ, ਹਰ ਜਗ੍ਹਾ ਤੇਰੇ ਨਾਲ। ਸਾਨੂੰ ਇੱਕ ਮਿਸਾਲ ਸੁਣਾਇਆ ਕਰਦੇ ਸੀ ਕਿ ਇੱਕ ਨੇ ਸਾਡੇ ਕੋਲ ਅਸੀਂ ਉਹਨੂੰ ਪੁੱਛਿਆ ਤੇਰਾ ਗੁਰੂ ਕਿ ਮੇਰਾ ਗੁਰੂ ਕੀਤਾ ਹੋਇਆ ਤੇ ਕਿੱਥੇ ਹੈ, ਅਸੀਂ ਹੁਣ ਮਰ ਗਿਆ, ਫਿਰ ਕਹਿੰਦੇ ਮਰਿਆ ਗੁਰੂ ਕੀਤਾ। ਗੁਰੂ ਜਿੰਦਾ ਕਰ ਜਿਹੜਾ ਹਮੇਸ਼ਾ ਨਾ ਕਦੇ ਜੰਮੇ ਨਾ ਕਦੇ ਮਰੇ,
खुश है सब मेरे समय सतगुर मेरा सदा सदा ना आवे ना जाए। वो कहना ना आगा ना जाता वो हमेशा जिंदा है तेरे नाल है। वो अविनाशी पुरुष है सब मेरे समय सदा हर जगह समर्थ है हर जगह तैयार है हर जगह हजूर खड़ा है हाजरी च खड़ा है वो भी हां हर जगह हजूर ताही ना रखे है जिथों ने याद करो उसे खड़ा है। तो बाणी च भी यह लिखे है पिछे भी सुनाया गुरु अर्जन साहब ने फैसला किया कि जाको मुश्किल सत बने ढोरी कोई ना दे लागू हो दुश्मन साथ भी भज खे सबो भजे आसरा चुके सब असराओ चित आवे उस पार ब्रह्म लगे नती हो क्योंकि उस मार्ग में उस वे याद कर जब तू सारे पास दुखी है तू याद करेगा तेरी पक्ष है तू याद करने वाला तो याद नहीं मुश्किल वो कोई दूर नहीं है कहने ना सू दर्शन नहीं दिता सू नहीं करता दर्शन किमें देवे साढ़े ख्याल दर्शन करने वाले ही है नहीं साड़ी अख नहीं और दर्शन करने वाले अभी बनाई नहीं अस पंछी सुना शब्द अख बना लिया किसी को सुरमा पा के अख देखने वाली कोई कोई होंगी है राम नाम का सुरमा अख पावे तो उसके दीदार होंगे सुरमा अभी पाते और जो साड़ी अख बन गई जो अभी सब चित मार्ग देखने लगे तो उसके दूर है दर्शन साढ़े ना नहीं सब के अंदर ही है जो अभी दूर चिड़के देखा तो वो अंदर सू दिखाई नहीं देता जो एक सुरखना देखा तो सा सब कुछ हर जगह ताही ना हर जगह समर्थ सही लिखे ताही ना हर जगह जिंदा राम के है हर जगह गुरुदेव ने मेरे दिल का भरम मिटा दिया ज्ञान दे गुरुदेव ने दिल का भरम मिटा दिया ज्ञान दे गुरुदेव ने दिल का भरम मिटा दिया जिन्ना चेर घोड़े के रकाबते पैर ला के गद्दी से चढ़ा मैं उन्ने चेर मैं ज्ञान हो गया हूं इन्नी किसी की पहुंच नहीं सारे असमर्थ हो गए एक ने कहा भी हूं जिम्मे करिए तो उसने कहा एक फकीर हो रहा जंगल के बच्चे और बुलाने शायद वो साढ़ा छुटकारा करा दो तो देखिए राजा एक जंगल च होर फकीर है उसने भी बुला उसने बुलाया हूं उसका नाम सुनया हो देखा किसी ने जो दरबार च आया
बुलाया गया जो दरबार पहुंचे तो पहुंच दे सारे हंसते जिनी सभा बैठी थी जिन्हें फकीर बैठे थे ऋषि मुनि बैठे थे तो सारे हंसन लगे उन्हें देख ली तो राजे कह लगे राजा तू मैंने चमारा की सभा च बुलाया इतने जे सारे चमार कट्ठे हुए हैं मैनू इतने बुलाया तू क्यों हसे अष्टावक्र का नाम सीगा अष्टावक्र क्यों कहते से शरीर च अठ बल से लत भी गई है बांह भी गई है टेटा भी गया शरीर भी गया ऐसा सारे हसन ला के वो कह लगे बादशाह तेरी शरण नहीं आई मैंने चमारा की सभा च बुलाया सारे ऋषि मुनि हंकार चा गए नाराज हुए भी हैं असं चमार हाँ सारे कहते तुम चमार हाँ सारे तुम सिर्फ चमड़ा परखन वाले हो सिर्फ तुसी चमड़ा परखन वाले चमार हो तुसी ये देखिया भी ये इस तरह इस तरह तुसी ये नहीं देखिया जी अंदर है कौन ये अंदर की चीज है तुसी चीज परखन वाले नहीं तुसी चमड़ा परखन वाले हो सारे चुप हाँ भाषा गल करते हैं कि हुक्म है कह लगा मेरा यह है कि मैं घोड़े की रुकावट पैर रखा काठी से बैठते बैठते तक मैं ज्ञान हो जाना चाहिए वो कहना मंजूर है इतने शर्त पर मेरी भी शर्त है एक राजा कहना बोल तन मन तन तेन लेंदे वो कहना दिते कहना है नहीं संकल्प का सारा का समय उन्होंने दिनों जो रिवाज से चोरी करके संकल्प कर देंगे और उसके मन मिटते बाबा कुछ हल दे पीछे उन्हें संकल्प करता तन मन तन सब दे रहा तखत से बैठा है बादशाह उठ कहते चले आप उत्ते बैठेगा कच्चा दिन जुतियां बैठे बादशाह सोचे जुतियां में हम क्यों बैठे जा रहे कहना खबरदार है तो की तन मेरा मैं जिते मर्जी उठाना है मैंने दे चुके हूं तो बैठना पे जाके हम बादशाह भी की कहने ने अधिकारी जी उसी उन्होंने शौक से ही परमार्थ का फिर हुक्म मनना पे उत्ते बैठे जाके बह गया हूं मन शर्म महसूस करे संकल्प लिया विकल्प लिया ये की हो गया वो हो गया खबरदार मन मैंने दे चुके हैं इधर उधर संकल्प विकल्प ना लिया ये मेरा हो चुके हूं रो गए उस दैरे पास फिर महिला च गया राणिया च गया धन दौलत च गया मैं सब कुछ ही दे बैठे खबरदार कहना उधर ख्याल किया क्यों अंदर नहीं जानता से सारा कुछ रोकया उसका जे सारा मेरा कुछ हो चुके हूं तू कंगाल है जिन्हें मर्जी मैं करावा तेरे को तू कर सकता बेबस हो गया चारे पासों ख्याल में रोकया जो देखा भी ख्याल आया कहता चल मेरे नाल बाहर बाहर गया कहना चल रकावते हम तेन ज्ञान हमने हो जाता ख्याल तो लगे ही सी गल रकावते पैर रखे उन्हें उसे ख्याल लग गया उन्हें चलन भी नहीं दिता रकाब के पैर लगने रख के ख्याल लग गया तीन दिन उत्थे खड़ा रहा सुरत में लिया थे कहना चल हम वापस चलिए वापस लिया कहना हो गया सब कुछ ठीक है कहना हाँ ठीक है संभाल तेरा राजपाठ करना है करना है तेरा हंकार तोड़ना सी सिर्फ हंकार ही तेरे अंदर वो तेरा तोड़ना सी तो हम मैनू दे चुके हैं इस तो बाद जरा पहला राज कर चुकया कर चुके हैं इस तो बाद तेरा राज नहीं यह राज मेरा सिर्फ तेन मैं कायदा करके बिठाना तू चला है सिर्फ एक तू कायदा है चलाना तय है तू अपना ना समझ के चलाई मेरा समझ के चलाई हूं यह मेरा राज पर असि तो ऋषि मुनि असि करना की है तेरे तेरी चीज तेरे को ही है हूं तेरू ढंग आ गया चलाऊंगा जिन्ना चिर इस तरह ख्याल चारे पास नहीं टुटता मर्द के दर्शन यह ज्ञान है ज्ञान दे गुरुदेव ने मेरा मन का भ्रम मिटा दिया जाता था जिसे देखने मथुरा बनारस द्वारका कहने कितने जाने की लड़ नहीं नाल ही उसे दिखाता वो अंदर ही प्रगट करके देता अज उन्होंने कहने धन धन राजा जनक है जिन सिमरन किया विवेक हालांकि विवेक सिमरन की वह थले सी एक घड़ी के कारण काफी तरह नहीं कहते वह सिमरन का जो विवेक से पूरे सतगुर का सिमरन हो रहा तो कहने की है उसका चारे पासों जिन चिर ख्याल नहीं टूटे तो सतगुर के दर्शन होने मुश्किल ने ज्ञान सानू देता उन्हें रम सानू देती भी किस्त के बीच किमें रहना है असं उससे चलीए या ना चलीए असं देखना रम सानू फड़ाई गई है पर उस रम जी कोई पकड़ता नहीं है
हाय 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 लगी पई है की प्रेमी ते की बेप्रेमी सारिया नू। और रमजनी फड़ी किसे ने भी सारा दिन कमल का फुल जेड़ा पानी चुंदा है देखा होना कई ने कमल का फुल पानी दे विच हुंदा है और कदे पानी असर नहीं करता पानी दे विच हुंदा है लेप रहिंदा है पानी उहदे नाल नहीं लगता मुर्गा भी जानवर है पानी च रहिंदी है पानी च अद पानी च होवे अद समुंदर च उत्थे उड़ जांदी है बार बार बैठ के ना खंग उहदे भिजण ना उहनू सुकाउण दी लोड़ है और निर्लेप हुंदी है पानी को पानी बाणी च भी यह आया है ज्यों जन्मे कमल निरालम मुर्गा भी निशान है भी उन्हां दी निशानी तुसी समझो जिवें जल दे विच कमल भी है मुर्गाबी भी रहिंदी है जिस तरह वह पानी चवाट रहिंदी है तुसी भी उम्मीद हो भी उहदा निशान जिहड़ा जिवें उन्हां दा मिसाल है उन्हां दी तुसी भी उह मिसाल दे उत्ते चलो निर्लेप रहो विच रहिंदे होए अटल रहो जग रहो जग से अलग रहो जोग जुगती की घर छड्डण दी लोड़ नहीं क्यों जोगी बन के घर दर फिरदा फिरे क्यों भिखा मंगे जाके फिर मसाडा काम ही मंगे खाने क्यों ऐसा काम करे अपने हकारा दी क्यों नहीं करके खाने घर च भी रहो पर बच्चे जी रहो अगर बच्चे तो अड भी रहो और अपनी हक भी करके भाई से कहते ज्ञान वो है तो देव ने दिता मेरे मन का भरम जरा चक दे हर चीज तो संसार को भय मोती अति साढ़े अंदर ही है तो साड़ी देखने वाली अख नहीं है यह घटवे सूझित नहीं देख नहीं सकते लानत कहते ऐसी जो अंदर होंगे हुए असं ना देखिए लानत है उस जीव में अंदर हो जरा भी अपने कोल हो जेब चीज हो नहीं पता नहीं साढ़े को है कि लानत है इस गल दूजा तो मंगता फिर तू दे भी शायद उत्थे मिल जाए शायद उत्थे मिल जाए उतो मिल जाए मैंने कुछ उधार मंगता फिर किसी तो कुछ लेता फिर है अपनी जेब च जेब में देख ला नहीं फिर के भी मेरे अंदर 100 रुपया पे है तो मैं दूजे तो क्यों मंगा पता नहीं है अन्ना है इस गल मार्ग तेरे अंदर है अजदा फिर बाहर मैंने शायद उतो मिल जाए कोई कहता उत्थे चले जाओ उत्थे मिल जाएगा कर करके कर करके थक 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 के जो कस्तूरी मिर्ग न जाने भरम का भरम फलाया कस्तूरी मिर्ग के अंदर है नाभी के अंदर है बाहर भजता फिरता है शायद बाहर है खुशबू मालूम आती है कि नहीं वो मेरे अंदर खुशबू है ऐ घट में सूझित नहीं लाण तैसी जिंद तुलसी या संसार को भय मोतिया बिंद फिर मोतिया बिंद होया ऑपरेशन किसी तो कराऊंगा नहीं मोतिया बिंद कटाऊंगा नहीं किसी को खत्म नहीं कराऊंगा दर्शन से लाई देंगे देखे कि नहीं इतने
जिंदा तारे
चली थी पुलिस सोना चांदी दे कराई थी देख देख खेल तेरा पुलिस भी समाई थी देख देख खेल तेरा पुलिस भी समाई थी गंगा आगे अनामी Yeah,
ਪੜੇਕ ਰੋੜੀ ਕਸਰਾਣਾ ਨਾ ਪੋੜੀ ਹੀ ਕਾ ਤਪੜੇਕ ਰਾਮ ਨਾਮ ਦੀ ਚਾਦਰ ਕੋਟੋ ਭਜਨ ਮੈਂ ਲਗਾਏ ਜਿੰਦੋ ਚੰਗਾ ਤੂਤ ਮੈਂ ਤਕਿਆ ਚੁਗੇ ਜਾਗੀ ਖੇਲ ਸਿਮਰਨ ਕਰ ਲੋ ਸੁਭਾਲ ਸ਼ਾਮ ਕੇ ਤੁਮ ਜਪ ਲੋ ਬਿਮਾਰ ਕਾ ਰੂਪ ਧਾਰ ਕੇ ਦੁਨੀਆਂ ਤੋਂ ਨਿਕਲਾਇਆ ਜੀ ਐਸਾ ਤੇਰਾ ਖੇਲ ਨਿਰਾਲਾ ਨਹੀਂ ਲਖਨ ਮੈਂ ਆਇਆ ਜੀ ਐਸਾ ਤੇਰਾ ਖੇਲ ਨਿਰਾਲਾ ਨਹੀਂ ਲਖਨ ਮੈਂ ਆਇਆ ਜੀ ਅੱਜ ਛੇ ਸਮਦਾਨ ਗੁਲਾਮ ਕੀ ਜੀ ਤੁਮ ਲਿਓ ਹਲਾ ਪੀ ਸ਼ਾਮ ਦਾ ਮੈਂ
प्यारे ਉਹਨਾਂ ਨੇ ਕੋਲ ਰੱਖ ਲਿਆ ਤੂੰ ਪੁੱਛਣਾ ਦਿਲ ਕਿੱਥੋਂ ਆ ਗਿਆ ਤੇਰਾ ਫਿਰ ਦਿਲ ਹੀ ਖਤਮ ਹੋ ਗਿਆ ਪੁੱਛੇਗਾ ਕੀ ਜਦੋਂ ਚੁਰਾਈ ਲਿਆ ਤੇ ਪੁੱਛੇਗਾ ਕੀ ਹੋਣਾ ਜਿਹਦਾ ਦਿਲ ਗਿਆ ਤਾਂ ਸਭ ਕੁਛ ਹੀ ਗਿਆ ਪੁੱਛਣ ਕੁਛ ਲੱਗਦਾ ਹੀ ਨੀ ਉਹ ਤਾਂ ਤੇ ਖਤਮ ਹੋ ਗਈ ਉਹਦਾ ਦਿਲ ਸੀ ਉੱਥੇ ਆ ਕੇ ਲੈ ਗਿਆ ਬਸ ਪੁੱਛੇ ਹੁਣ ਲਾਉਣ ਉਹ ਤਾਂ ਫਿਰ ਉਹ ਬਣ ਗਿਆ ਕਿਉਂ ਦਾ ਕਿਉਂ ਬਣ ਗਿਆ ਤੂੰ ਕਿਉਂ ਕਰਦੇ ਤੂੰ ਪਿਆ ਲਈ ਹਾਂ ਕਿਵੇਂ ਚੁਰਾਉਂਦੇ ਹੋ ਕਿਵੇਂ ਚੁਰਾਉਂਦੇ
ਹੋੜਿਆਂ ਦੀ ਸਾਨੂੰ ਦੌੜ ਪਏ ਮਸਤਾਨਾਂ ਦੀ ਹਰ ਵੇਲੇ ਤੈਨੂੰ ਕੀ ਲੋੜ ਸਾਡੇ ਦੇ ਤੋਂ
कोई नहीं किसी का ओरी गुलामी है उसका नाम क्या है
क्यों ना यकीन सतगुरु देते आन विच लाइया क्यों
पछाणी निगाह तेरी बंदे चो दे रब नी पछाणी किसे अखां वाले नू भी खाया क्यों ना यकिया किसे अखां वाले नू भी खाया क्यों ना यकिया बंदे आ यकिया साहिब दे ते आन विच लाया क्यों ना यकिया दाते दे ते आन विच लाया क्यों ना यकिया रज रज वेख के रजाया क्यों ना यकिया भई रज रज बंदे आ यकिया सतगुर दे ते आन विच लाया क्यों ना यकिया दाते दे ते आन विच लाया क्यों ना यकिया प्रेम का जे अतरू ना आया कद एना नैना बिच जिंदा राम ना वसाया कद एना नैना बिच जिंदा राम ना वसाया कद सूरदास मांगे कढ़ाइया क्यों ना यकिया सूरदास मांगे कढ़ाइया क्यों ना यकिया बंदे आ यकिया सतगुरु दे ते आन विच लाइया क्यों ना यकिया दाते दे ते आन विच ਕਾਟਾ ਪੈਣਾ ਨੀ ਤੇ ਬਾਪ ਬੇਸ਼ੁਮਾਰ ਨੇ ਤੇਰੀਆਂ ਦੋ ਅੱਖਾਂ ਉਹਦੇ ਨੇਤਰ ਹਜ਼ਾਰ ਨੇ ਤੇਰੀਆਂ ਦੋ ਅੱਖਾਂ ਉਹਦੇ ਨੇਤਰ ਹਜ਼ਾਰ ਨੇ ਉਸੇ ਦੀਆਂ ਅੱਖਾਂ ਵਿੱਚ ਪਾਈਆਂ ਕਿਉਂ ਨਾ ਅੱਖੀਆਂ ਬਈ ਉਸੇ ਦੀ ਅੱਖਾਂ ਵਿੱਚ ਪਾਈਆਂ ਕਿਉਂ ਨਾ ਅੱਖੀਆਂ ਬੰਦੇ ਆ ਅੱਖੀਆਂ ਸਤਗੁਰ ਦੇ ਤੇ ਆਰ ਲਾਈਆਂ ਕਿਉਂ ਨਾ ਅੱਖੀਆਂ ਦਾਤੇ ਦੇ ਤੇ ਆਰ
सत्संग के बाद लंगर का प्रोग्राम चलेगा, सारी सात समझ लंगर खाते है। अगले के प्रोग्राम 14 तारीख का दिन का प्रोग्राम है, सरसे तो बसा भी जाती है, सुचान कुसम भी ट्रेन भी जाती है, सुचान कोटली ट्रेन भी जाती है, सुचान कोटली तो ढके उतो कुसम भी नाल बसा वगैरह भी जाती है, ट्रेन भी जाती है। ठीक है, 10 बजे लंगर चलेगा, 11 बजे सत्संग शुरू होगा। कुसुम भी गांव है, सरसे तो बसा भी जाती है कुसुम भी, ट्रेविंदर भी जाते हैं, सरसे तो ट्रेन भी जाती है, साहब जो सुचान कोटली स्टेशन लगता है उतो फिर अगले 7 बजे तरह की क्लास जाना उ उस प्रेमी ने प्रभु दया प्रेमी कुसुम जी का उन्हें सारे शासन मुझे सारे उठे सारे शासन दर्शन देने। उस तो अगे 15 तारीख का रात का ਫਤਿਹ ਵਾਸਤੋਂ ਅੱਗੇ ਦਾਦਰ ਪਿੰਡ ਹੈ, ਨਾਲੀ ਬਣ ਵਾਲੇ ਜਾਣੀ ਹੈ, ਨਾਲੀ ਪਿੰਡ ਦੇ ਨਾਲ ਹੀ ਪ੍ਰੇਮੀ ਜਗਦੀਸ਼ ਰਾਮ ਬਹਾਦੁਰ ਉਹਨਾਂ ਦੇ 15 ਤਾਰੀਖ ਦਾ ਰਾਤ ਦਾ ਸਤਸੰਗ ਹੋਵੇਗਾ, ਲੰਗਰ ਦਾ ਪ੍ਰੋਗਰਾਮ ਵੀ ਚੱਲੇਗਾ, ਸਾਰੀ ਸਾਹ ਨੂੰ ਦਰਸ਼ਨ ਦੇਵੇ। ਫਤਿਹ ਵਾਸਤੋਂ 7 ਕਿਲੋਮੀਟਰ ਅੱਗੇ ਦਾਦਰ ਪਿੰਡ ਹੈ, ਨਾਲੀ ਪਿੰਡ ਦੇ ਨਾਲ ਹੀ ਬਣ ਵਾਲੇ ਜਾਣੀ ਬੋਲਦੇ ਵਿੱਚ ਬਣਨ ਵਾਲੀ ਜਾਣੀ ਬੋਲਦੇ ਹਾਂ, ਜਗਦੀਸ਼ ਪ੍ਰੇਮੀ ਬਹਾਦੁਰ ਬਿਸਨੋਈ ਹੈ ਉਹਨਾਂ ਦੇ ਪ੍ਰਥਮ ਹੋਵੇਗਾ, ਸਾਰੀ ਪ੍ਰਥਮ ਦਰਸ਼ਨ ਦੇਵੇ ਲਾਭ ਉਠਾਓ। ਇਸੇ ਮਹੀਨੇ ਦੇ 20 ਤਾਰੀਖ ਔਰ 21 ਤਾਰੀਖ 20 ਦੀ ਰਾਤ 21 ਦਾ ਦਿਨ 20 ਮਾਰਚ ਇੱਥੇ ਖੁਸ਼ਪੁਰ ਧਾਮ ਗੋਰੀ ਵਾਲਾ ਡੇਰੇ ਵਿੱਚ ਭੰਡਾਰਾ ਮਨਾਇਆ ਜਾਏਗਾ, ਉੱਥੇ ਸਾਰੀ ਸਾਹ ਨੂੰ ਦਰਸ਼ਨ ਦੇਣ ਦਾ ਲਾਭ ਉਠਾਓ। Thank you.
फूलबंदी तगड़ी है, तू कि आ गए थे इधर पर ठीक है तो कुछ नाल निगाह मिलाई जुटी पा डिग पा तो देखना पैदा मैं तो सारा देखा बुला के गल करो धन धन सतगुरु जी धन धन मैनेजर साहब प्रवीण जी है बैंक के गलास नहीं मिला सर चक के सही गल कोई बात नहीं फिर भी उस वे जगह जगह लाइटा ही लाइटा लाइटा ही लाइटा बहुत होंगे सी मरकरी ऐसे जीरो बड़े छोटे छोटे सत कोठी ढाइया सी दस फिर हौली हौली होते होर निगाह कमजोर जिनी लाइटा ज्यादा उन्नी निगाह कमजोर होंगी चलिए एक कुदर की शक्ति है फिर 25 का लाने लग गया 40 का लाने लग गया हम सौ भी पड़े पहला तो आप पढ़ता होंगे हम इनका नाल भी पड़े जाए निगाह भी कमजोर अंदर सफेद मोती है रात भी बनाते हैं सफेद मोती है पता नहीं है तीन चार साल हो गए मोती सही नहीं जाना लाइट में वैसे भी मैंने कहीं नहीं जाना जो डेरे च आया सन 57 तो लैके शुरू च मसाना जी भी कद लाइट नहीं सी सामने रखते सामने भी देखते दे क्या लगता है कद भी लाइट के सामने नहीं चलते नेरे च बह के गल कर लाइट नहीं सी डांट में चाहते अगे कोई चीज रखते अखा च पेंगे सीधी जो चीज साढ़े अखा च होना तुम किसी देख नहीं नेरे च सू सब कुछ दे सामने रख दो लाइट सू सारा दिखना बंद
फिर आपने वीडियो लेता हूं मैंने सामने लावण दे ने संगत ता है लगदे भी खाली पे अंदर सर गल्ला किदे नाल करी कमरे में बैठ रहे आउट फुल सो सूरी के सामने कोई वीडियो बनावे तो बढ़ती है बस वही गल है सर असि वीडियो जरा बनाने फिर लाइट के सामने सत्तों नहीं बनता सूरज छुपा थोड़ा ना वैसे चमकता ही रहना चढ़ाई रहना।